ਹੈਲੋ ਵੈਲਕਮ ਟੂ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਅਗੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਇਹ ਵੀਡੀਓ ਪਲੱਸ 2 ਪੋਲੀਟੀਕਲ ਸਾਇੰਸ ਲਈ ਹੈ ਇੱਕ ਦੋ ਨੰਬਰ ਦੇ ਕੁਐਸਚਨ ਜਿਹੜੇ ਨੇ ਅੱਜ ਆਪਾਂ ਸਥਾਨਕ ਸਰਕਾਰਾਂ ਨਾਲ ਪੰਚਾਇਤੀ ਰਾਜ ਪ੍ਰਣਾਲੀ ਤੇ ਦੂਜਾ ਜਿਹੜਾ ਵਾ ਸ਼ਹਿਰੀ ਜਿਹੜੀਆਂ ਸਥਾਨਕ ਸੰਸਥਾਵਾਂ ਨੇ ਉਹਦੇ ਨਾਲ ਰਿਲੇਟਡ ਜਿਹੜੇ ਪ੍ਰਸ਼ਨ ਉੱਤਰ ਨੇ ਤੁਹਾਡੇ ਨਾਲ ਸਾਂਝੇ ਕਰਾਂਗੇ ਆ ਜੇ ਮੈਂ ਪਹਿਲਾਂ ਦੱਸਿਆ ਸੀ ਕਿ ਬਲਵਿੰਦਰ ਸਿੰਘ ਸ਼ੇਰਗੜ੍ਹ ਹੁਣ ਆ ਤਿਆਰ ਕੀਤੇ ਹੋਏ ਨੇ ਕੁਐਸਚਨ ਨੇ ਤੇ ਉਹ ਆਪਾਂ ਕੱਲ ਵੀ ਕੀਤੇ ਸੀ ਇਸ ਤੋਂ ਪਹਿਲੀ ਵੀਡੀਓ ਜਿਹੜੀ ਪਈ ਉਹਦੇ ਵਿੱਚ ਵੀ ਸੀਗੇ ਤੇ ਇਹਦੇ ਵਿੱਚ ਵੀ ਨੇ ਸੋ ਪਲੱਸ 2 ਪੋਲਿਟਿਕਲ ਸਾਇੰਸ ਨਾਲ ਰਿਲੇਟਡ ਪ੍ਰਸ਼ਨ ਉੱਤਰ ਨੇ ਇੱਕ ਅੰਕ ਤੇ ਦੋ ਅੰਕਾਂ ਵਾਲੇ ਜਿਹੜੇ ਪ੍ਰਸ਼ਨ ਉੱਤਰ ਨੇ ਸੋ ਚਲਿਓ ਆਪਾਂ ਸਥੈਨਿਕ ਸਵੈ ਸ਼ਾਸਨ ਯਾਨੀ ਕਿ ਪਿੰਡੂ ਪ੍ਰਣਾਲੀ ਤੇ ਸ਼ਹਿਰੀ ਪ੍ਰਣਾਲੀ ਬਾਰੇ ਪ੍ਰਸ਼ਨ ਜਿਹੜੇ ਨੇ ਉਹ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਸੋ ਆਓ ਕਰੀਏ ਪਹਿਲਾ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਕਿ ਭਾਰਤ ਵਿੱਚ ਪੰਚਾਇਤੀ ਰਾਜ ਨੂੰ ਸੰਵਿਧਾਨਕ ਮਾਨਤਾ ਪ੍ਰਾਪਤ ਹੈ ਹਾਂਜੀ ਭਾਰਤ ਵਿੱਚ ਸੰਵਿਧਾਨ ਦੀ 73ਵੀਂ ਸੋਧ 24 ਅਪ੍ਰੈਲ 1993 ਨੂੰ ਜਿਹੜੀ ਲਾਗੂ ਕੀਤਾ ਗਿਆ ਸੀ ਵਿੱਚ ਪੰਚਾਇਤੀ ਰਾਜ ਨੂੰ ਸੰਵਿਧਾਨਕ ਮਾਨਤਾ ਪ੍ਰਾਪਤ ਕੀਤੀ ਜਾ ਸਕੇ ਸੋ ਸੰਵਿਧਾਨਕ ਮਾਨਤਾ ਪ੍ਰਾਪਤ ਹੈ ਇਸ ਤੋਂ ਅਗਲਾ ਪ੍ਰਸ਼ਨ ਹੈ ਪੈਂਡੂ ਸਥਾਨਕ ਵਿੰਡੂ ਸਥਾਨਕ ਲੋਕਤੰਤਰ ਦੀ ਸਥਾਪਨਾ ਲਈ ਭਾਰਤੀ ਸੰਵਿਧਾਨ ਵਿੱਚ ਕਿਹੜਾ ਭਾਗ ਤੇ ਕਿਹੜੀ ਨੁਸੂਚੀ ਅੰਕਿਤ ਕੀਤੀ ਗਈ ਹੈ? ਆ ਦੂਜੇ ਪ੍ਰਸ਼ਨ ਦਾ ਉੱਤਰ ਹੈਗਾ ਵਾ ਨੌਵਾਂ ਭਾਗ ਨੌਵਾਂ ਏ ਤੇ 11ਵੀਂ ਅਨੁਸੂਚੀ ਦੇ ਵਿੱਚ ਜਿਹੜਾ ਵਾ ਇਹ ਸਥਾਨਕ ਸਵੈ ਸੇਵਾ ਸੰਸਥਾਵਾਂ ਜਿਹੜੀਆਂ ਨੇ ਇਹਦੇ ਬਾਰੇ ਜ਼ਿਕਰ ਕੀਤਾ ਗਿਆ ਹੈ। ਤੀਜਾ ਪ੍ਰਸ਼ਨ ਹੈਗਾ ਪਿਆਰੇ ਵਿਦਿਆਰਥੀਓ ಗ್ರಾಮ ਸਭਾ ਤੋਂ ਕੀ ਭਾਵ ਹੈ? ಗ್ರಾಮ ਸਭਾ ਪੰਚਾਇਤੀ ਰਾਜ ਦੀ ਨੀ ਨੂੰ ਇਸ ਨੂੰ ਪੰਚਾਇਤੀ ਰਾਜ ਦੀ ਨੀ ਕਿਹਾ ਜਾਂਦਾ ਹੈ ਰਾ ਸਰਕਾਰ ਅਦिसूਚਨਾ ਰਾਹੀਂ ਅਜੇ ਪਿੰਡ ਜਾਂ ਨਾਲ ਲੱਗਦੇ ਪਿੰਡਾਂ ਦੇ ਸਮੂਹ ਜਿਨ੍ਹਾਂ ਦੀ ਜਨਸੰਖਿਆ 200 ਤੋਂ ਘੱਟ ਨਾ ਹੋਵੇ ਲਈ ಗ್ರಾಮ ਸਭਾ ਖੇਤਰ ਘੋਸ਼ਿਤ ਕਰਦੀ ਹੈ ਇੱਕ ಗ್ರಾಮ ਸਭਾ ਦੇ ਹਲਕੇ ਦੇ ਸਾਰੇ ਵੋਟਰ ಗ್ರಾಮ ਸਭਾ ਦੇ ਮੈਂਬਰ ਹੁੰਦੇ ਹਨ ਤੇ ಗ್ರಾಮ ਸਭਾ ਪੰਚਾਇਤ ਰਾਹੀਂ ਬਣਾਏ ਬਜਟ ਤੇ ਸੋਚ ਵਿਚਾਰ ਕਰਦੀ ਹੈ ਤੇ ਆਪਣੇ ਹਲਕੇ ਲਈ ਵਿਕਾਸ ਯੋਜਨਾ ਬਣਾਉਂਦੀ ਹੈ ਸੋ ਪਿੰਡ ਦੇ ਬੇਸਿਕਲੀ ਪਿੰਡ ਦੇ ਸਾਰੇ ਉਹ ਲੋਕ ਜਿਨ੍ਹਾਂ ਦਾ ਵੋਟਰ ਸੂਚੀ ਵਿੱਚ ਨਾ ਹੁੰਦਾ ਉਹਨਾਂ ਨੂੰ ਅਸੀਂ ਗ੍ਰਾਮ ਸਭਾ ਜਿਹੜੀ ਆ ਉਹ ਕਹਿ ਸਕਦੇ ਆ ਗ੍ਰਾਮ ਸਭਾ ਦੇ ਮੈਂਬਰ ਉਹ ਮੈਂਬਰ ਹੁੰਦੇ ਨੇ ਜਿਨ੍ਹਾਂ ਦਾ ਵੋਟਰ ਲਿਸਟ ਵਿੱਚ ਨਾਂ ਹੈਗਾ ਓਕੇ ਜੀ ਅਗਲਾ ਪ੍ਰਸ਼ਨ ਹੈ ਗ੍ਰਾਮ ਪੰਚਾਇਤ ਦੀ ਬਣਤਰ ਬਾਰੇ ਦੱਸੋ ਪਿੰਡ ਦੀ ਪੰਚਾਇਤ ਦੀ ਬਣਤਰ ਹੈ 200 ਤੋਂ 1000 जनसंख्या होवे ते 5 5-5 यानी के 5 मेंबर 1000 ਤੋਂ 2000 ਤੱਕ 7 मेंबर 7 2000 ਤੋਂ 5000 ਤੱਕ 9 5-5 ਬਦਲ ਮੈਂਬਰ 5000 ਤੋਂ 10000 ਤੋਂ ਘੱਟ 5000 ਤੋਂ ਵੱਧ ਪਰ 10000 ਤੋਂ ਘੱਟ ਜੀ ਜਨਸੰਖਿਆ ਤੇ 11-5 10000 ਤੋਂ ਵੱਧ ਜੇਕਰ ਜਨਸੰਖਿਆ ਹੈ ਤੇ 13-5 ਦੀ ਅਵਸਥਾ ਕੀ ਹੈ ਗ੍ਰਾਮ ਪੰਚਾਇਤ ਵਿੱਚ ਸੋ ਅਗਲਾ ਪ੍ਰਸ਼ਨ ਹੈਗਾ ਗ੍ਰਾਮ ਪੰਚਾਇਤ ਦੇ ਦੋ ਕੰਮ ਲਿਖੋ ਗ੍ਰਾਮ ਪੰਚਾਇਤ ਦੇ ਦੋ ਕੰਮ ਪਿੰਡ ਵਿੱਚ ਸ਼ਾਂਤੀ ਤੇ ਪ੍ਰਬੰਧ ਬਣਾਈ ਰੱਖਣਾ ਪੰਚਾਇਤੀ ਖੇਤਰ ਵਿੱਚ ਅਪਰਾਧੀਆਂ ਨੂੰ ਫੜਨਾ ਤੇ ਅਪਰਾਧ ਦੀ ਰੋਕத் थाम ਕਰਨ ਲਈ ਪੁਲਿਸ ਦੀ ਸਹਾਇਤਾ ਕਰਨਾ ਪਿੰਡ ਦੀ ਸਾਫ ਸਫਾਈ ਦਾ ਪ੍ਰਬੰਧ ਕਰਵਾਉਣਾ ਗ੍ਰਾਮ ਪੰਚਾਇਤ ਪੰਚਾਇਤ ਸਭਾ ਕੀ ਹੈ ਪੰਚਾਇਤ ਸਭਾ ਦੀ ਤਿੰਨ ਪੱਧਰੀ ਪੰਚਾਇਤੀ ਰਾਜ ਦੀ ਵਿਚਕਾਰਲੀ ਇਕਾਈ ਹੈ ਪੰਚਾਇਤ ਸਭਾ ਦੀ ਸਥਾਪਨਾ ਬਲਾਕ ਪੱਧਰ ਤੇ ਕੀਤੀ ਜਾਂਦੀ ਹੈ ਤੇ ਪੰਚਾਇਤ ਸਭਾ ਦਾ ਆਕਾਰ ਰਾਜ ਵਿਧਾਨ ਸਭਾ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ ਪੰਚਾਇਤ ਸਮਤੀ ਦੇ ਮੈਂਬਰਾਂ ਦਾ ਇੱਕ ਤਿਹਾਈ ਸਥਾਨ ਔਰਤਾਂ ਲਈ ਰਾਖਵਾਂ ਕੀਤਾ ਗਿਆ ਹੈ ਪੰਚਾਇਤ ਸਮਤੀ ਦੀ ਮਿਆਦ 5 ਸਾਲ ਹੁੰਦੀ ਹੈ ਅਗਲਾ ਪ੍ਰਸ਼ਨ ਹੈ ਪਿਆਰੇ ਵਿਦਿਆਰਥੀਓ ਪੰਚਾਇਤ ਰਾਜ ਦੇ ਮੁੱਖ ਦੇਸ਼ਕੀ ਨੇ ਪਿੰਡੂ ਖੇਤਰ ਦੇ ਲੋਕਾਂ ਨੂੰ ਆਪਣੀ ਸਮੱਸਿਆਵਾਂ ਆਪ ਹੱਲ ਕਰਨ ਦੇ ਯੋਗ ਬਣਾਉਣਾ ਪਿੰਡੂ ਖੇਤਰ ਦੇ ਲੋਕਾਂ ਨੂੰ ਰਾਜਨੀਤਿਕ ਪ੍ਰਣਾਲੀ ਨੂੰ ਸੰਚਾਲਨ ਕਰਨ ਦੀ ਸਿਖਲਾਈ ਦੇਣਾ 8ਵਾਂ ਪ੍ਰਸ਼ਨ ਪੰਚਾਇਤੀ ਰਾਜ ਦੀ ਆਮਦਨ ਦੇ ਸਾਧਨ ਲਿਖੋ ਟੈਕਸ ਤੇ ਗਰਾਂਟਾਂ ਨਵਾਂ ਪ੍ਰਸ਼ਨ ਪੰਚਾਇਤੀ ਸੰਪਤੀ ਦੀ ਆਮਦਨ ਦੇ ਸਾਧਨ ਲਿਖੋ ਫੀਸਾਂ ਨੇ ਸੰਪਤੀ ਤੋਂ ਆਮਦਨ ਹੈਗੀ ਹੈ ਪੰਚਾਇਤ ਸੰਪਤੀਆਂ ਦਾ ਇਸੇ ਤਰ੍ਹਾਂ ਜਿਲ੍ਹਾ ਪ੍ਰੀਸ਼ਦ ਕੀ ਹੁੰਦੀ ਹੈ ਜਿਲ੍ਹਾ ਪ੍ਰੀਸ਼ਦ ਤਿੰਨ ਪੱਧਰੀ ਪੰਚਾਇਤੀ ਦਾ ਸਭ ਤੋਂ ਉੱਪਰਲੀ ਕਿ ਸਭ ਤੋਂ ਉੱਪਰਲੀ ਕਾਈ ਹੈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਜਿਲ੍ਹਾ ਪ੍ਰੀਸ਼ਦ ਦੀ ਵਿਵਸਥਾ ਕੀਤੀ ਗਈ ਹੈ 11ਵਾਂ ਪ੍ਰਸ਼ਨ ਸਵੈ ਸ਼ਾਸਨ ਦੀਆਂ ਸਥਾਨਕ ਸੰਸਥਾਵਾਂ ਨੂੰ ਸਮੂਹ ਰੂਪ ਵਿੱਚ ਕੀ ਕਿਹਾ ਜਾਂਦਾ ਹੈ ਸਥਾਨਕ ਜਿਹੜੀ ਹੈ ਉਹਨੂੰ ਫੇਟਰੇ ਪੱਧਰ ਦਾ ਲੋਕਤੰਤਰ ਕਿਹਾ ਜਾਂਦਾ ਹੈ 12ਵਾਂ ਪ੍ਰਸ਼ਨ ਥੇੜਲੇ ਪੱਧਰ ਦੇ ਲੋਕਤੰਤਰ ਦੀ ਪਹਿਲੀ ਇਕਾਈ ਕਿਹੜੀ ਹੈ? ਗ੍ਰਾਮ ਸਭਾ ਤੇ ਗ੍ਰਾਮ ਪੰਚਾਇਤ ਇਹਦੀ ਪਹਿਲੀ ਇਕਾਈ ਹੈ। 13ਵਾਂ ਪ੍ਰਸ਼ਨ ਭਾਰਤ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਲਈ ਸਿਫਾਰਿਸ਼ ਕਿਹੜੀ ਸੰਵਿਧਾਨ ਨੇ ਕੀਤੀ ਸੀ? ਬਰਵੰਤਰ رائے ਮਹਿਤਾ ਸੰਵਿਧਾਨ ਜਾਂ ਮਹਿਤਾ ਕਮੇਟੀ ਨੇ ਕੀਤੀ ਸੀ। ਅਗਲਾ ਪ੍ਰਸ਼ਨ ਹੈਗਾ ਭਾਰਤ ਵਿੱਚ ਪੰਚਾਇਤੀ ਰਾਜ ਭਾਰਤ ਵਿੱਚ ਪੰਚਾਇਤੀ ਰਾਜ ਦੀ ਸ਼ੁਰੂਆਤ ਕਦੋਂ ਹੋਈ? 1956 ਵਿੱਚ 16 15ਵਾਂ ਪ੍ਰਸ਼ਨ ਪੰਚਾਇਤ ਰਾਜ ਸੰਬੰਧੀ ਭਾਰਤੀ ਸੰਸਦ ਨੇ ਕਿਹੜੀ ਸੰਵਿਧਾਨਕ ਸੋਧ ਤੇ ਕਦੋਂ ਪਾਸ ਕੀਤੀ 73ਵੀਂ ਸੋਧ ਤੇ 1993 ਵਿੱਚ ਪਾਸ ਕੀਤੀ ਸੀ ਨੈਕਸਟ ਹੈਗਾ 16ਵਾਂ ਪ੍ਰਸ਼ਨ 73ਵੀਂ ਸੰਵਿਧਾਨਕ ਸੋਧ ਦੁਆਰਾ ਵਿਵਸਥਿਤ ਪੰਚਾਇਤੀ ਰਾਜ ਦੀਆਂ ਸੰਸਥਾਵਾਂ ਦੇ ਨਾਂ ਲਿਖੋ ਗ੍ਰਾਮ ਸਭਾ ਗ੍ਰਾਮ ਪੰਚਾਇਤ ਗ੍ਰਾਮ ਪੰਚਾਇਤ ਸਭਾ ਤੇ ਜ਼ਿਲ੍ਹਾ ਪਰਿਸ਼ਦ ਇਹ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ 73ਵੀਂ ਸੰਵਿਧਾਨਕ ਸੋਧ ਰਾਹੀਂ ਬਣਾਈਆਂ ਗਈਆਂ ਇਹਨਾਂ ਦੇ ਨਾਲ ਰੱਖੇਗੇ 17ਵਾਂ ਪ੍ਰਸ਼ਨ ਗ੍ਰਾਮ ਪੰਚਾਇਤ ਦੀ ਚੋਣ ਲੜਨ ਲਈ ਘੱਟੋ ਘੱਟ ਉਮਰ ਕਿੰਨੀ ਚਾਹੀਦੀ ਹੈ 21 ਸਾਲ 18ਵਾਂ ਕਿਸ ਰਾਜ ਨੇ ਤਿੰਨ ਪੱਧਰੀ ਪੰਚਾਇਤਰੀ ਪ੍ਰਣਾਲੀ ਸਭ ਤੋਂ ਪਹਿਲਾਂ ਲਾਗੂ ਕੀਤਾ Rajasthan ਨੇ 2 अक्टूबर 1992 ਵਿੱਚ ਤਿੰਨ ਪੱਧਰੀ ਪੰਚਾਇਤਰੀ ਪ੍ਰਣਾਲੀ ਨੂੰ ਸਭ ਤੋਂ ਪਹਿਲੇ ਲਾਗੂ ਕੀਤਾ Rajasthan ਰਾਜ ਦਾ ਇਹਦਾ ਸਹੀ ਉੱਤਰ ਹੈ 19ਵਾਂ ਪ੍ਰਸ਼ਨ ਹੈਗਾ ਜੀ ਪੰਚਾਇਤ ਸਮਤੀ ਦਾ ਕਾਰਜਕਾਲ ਅਧਿਕਾਰਜਕਾਰੀ ਅਧਿਕਾਰੀ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਹੁੰਦਾ ਹੈ ਬीडीपीओ ਪੰਚਾਇਤ ਸਮਤੀ ਦਾ ਕਾਰਜਕਾਰੀ ਅਧਿਕਾਰੀ ਹੁੰਦਾ ਹੈ 20ਵਾਂ ਪ੍ਰਸ਼ਨ ਗ੍ਰਾਮ ਪੰਚਾਇਤ ਦੇ ਸਰਪੰਚ ਦੀ ਚੋਣ ਕੌਣ ਕਰਦਾ ਹੈ ਗ੍ਰਾਮ ਪੰਚਾਇਤ ਦੇ ਸਰਪੰਚ ਦੀ ਚੋਣ ਗ੍ਰਾਮ ਸਭਾ ਦੁਆਰਾ ਕੀਤੀ ਜਾਂਦੀ ਹੈ 21ਵਾਂ ਪ੍ਰਸ਼ਨ ਨਗਰ ਨਿਗਮ ਦਾ ਪ੍ਰਧਾਨ ਕਹੋਦਾ ਨਗਰ ਨਿਗਮ ਦਾ ਪ੍ਰਧਾਨ ਮੇਅਰ ਹੁੰਦਾ ਹੈ 22ਵਾਂ ਪ੍ਰਸ਼ਨ ਸ਼ਹਿਰੀ ਸਥਾਨਕ ਸਵੈ ਸ਼ਾਸਨ ਦੀਆਂ ਸੰਸਥਾਵਾਂ ਨੂੰ ਕਿਸ ਸੰਵਿਧਾਨਕ ਸੰਸ਼ੋਧਨ ਦੁਆਰਾ ਸੰਵਿਧਾਨਕ ਦਰਜਾ ਪ੍ਰਦਾਨ ਕੀਤਾ ਗਿਆ 74ਵਾਂ ਸੋਧ ਰੈ ਤਈਵਾਂ ਪ੍ਰਸ਼ਨ ਨਗਰ ਨਿਗਮ ਦਾ ਮੇਅਰ ਦੀ ਚੋਣ ਕਿੰਨੇ ਸਮੇਂ ਕਿਤਿਆਂਦੀ ਹੈ 5 ਸਾਲ ਲਈ ਨਗਰ ਨਿਗਮ ਦੀ ਆਮਦਨ ਦੇ ਸਾਧਨ ਕੀ ਨੇ ਚੁੰਗੀ ਟੈਕਸ ਹੈ ਤੇ ਘਰ ਟੈਕਸ ਹੈ 25ਵਾਂ ਪ੍ਰਸ਼ਨ ਨਗਰ ਪਾਲਿਕਾ ਜਾਂ ਨਗਰ ਪ੍ਰੀਸ਼ਦ ਦੀ ਚੋਣ ਕਿੰਨੇ ਸਮੇਂ ਲਈ ਕੀਤੀ ਜਾਂਦੀ ਹੈ 5 ਸਾਲ ਲਈ ਸੋ ਉਸ ਤੋਂ ਅੱਗੇ ਜਿਹੜਾ ਪ੍ਰਸ਼ਨ ਹੈਗਾ 26ਵਾਂ ಗ್ರಾಮ ਪੰਚਾਇਤ ਦੇ ਮੈਂਬਰਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ಗ್ರಾಮ ਪੰਚਾਇਤ ਦੇ ਮੈਂਬਰਾਂ ਦੀ ਚੋਣ ਪ੍ਰਤੱਖ ਚੋਣ ਪ੍ਰਣਾਲੀ ਵਿਧੀ ਦੁਆਰਾ ਕੀਤੀ ਜਾਂਦੀ ਹੈ 27ਵਾਂ ਗ੍ਰਾਮ ਸ਼ਹਿਰੀ ਖੇਤਰ ਦੀ ਸਭ ਤੋਂ ਵੱਡੀ ਸੰਸਥਾ ਦੇ ਨਾਮ ਲਿਖੋ ਨਗਰ ਨਿਗਮ 28ਵਾਂ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਨਗਰ ਨਿਗਮ ਕੰਮ ਕਰ ਰਹੇ ਹਨ ਜਲੰਧਰ ਪਟਿਆਲਾ ਲੁਧਿਆਣਾ ਬਠਿੰਡਾ ਪਠਾਨਕੋਟ ਫਗਵਾੜਾ ਮੋਗਾ ਹੁਸ਼ਿਆਰਪੁਰ ਅੰਮ੍ਰਿਤਸਰ ਇਹਦੇ ਨਾਲ ਬਟਾਲਾ ਅਬੋਹਰ ਤੇ ਕਪੂਰਥਲਾ ਵੀ ਨਵੇਂ ਐਡ ਕੀਤੇ ਗਏ ਹਨ ਔਰ 29ਵਾਂ ਪ੍ਰਸ਼ਨ ਨਗਰ ਨਿਗਮ ਦੇ ਮੇਅਰ ਦੀ ਚੋਣ ਕੌਣ ਕਰਦਾ ਨਗਰ ਦੇ ਮੇਅਰ ਦੀ ਚੋਣ ਨਗਰ ਨਿਗਮ ਦੇ ਮੈਂਬਰ ਕਰਦੇ ਹਨ ਨਗਰ ਸੁਧਾਰ ਟਰੱਸਟ ਤੋਂ ਕੀ ਭਾਵ ਹੈ ਨਗਰ ਸੁਧਾਰ ਟਰੱਸਟ ਦੀ ਸਥਾਪਨਾ ਸ਼ਹਿਰ ਦੇ ਵਿਕਾਸ ਨੂੰ ਨਿਯਮਤ ਯੋਜਨਾ ਤੈਅ ਤੇ ਸੁੰਦਰ ਬਣਾਉਣ ਲਈ ਕੀਤੀ ਜਾਂਦੀ ਹੈ 31ਵਾਂ ਪ੍ਰਸ਼ਨ ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਨਾਲ ਲਿਖੋ ਨਗਰ ਨਿਗਮ ਨਗਰ ਪਾਲਿਕਾ ਤੇ ਨਗਰ ਪੰਚਾਇਤ 32ਵਾਂ ਪ੍ਰਸ਼ਨ ਸ਼ਹਿਰੀ ਸਥਾਨਕ ਸੰਸਥਾਵਾਂ ਸੰਬੰਧੀ ਸੰਸਦ ਨੇ ਕਿਹੜੀ ਸंवਧਾਨਕ ਸੋਧ ਤੇ ਕਦੋਂ ਪਾਸ ਕੀਤੀ 74ਵੀਂ ਸੰਵਿਧਾਨਕ ਸੋਧ ਪਾਸ ਕੀਤੀ ਸੀ ਤੇ 1993 ਚ ਹੋਈ ਸੀ 1993 ਚ 1993 1993 ਵਿੱਚ ਜਿਹੜੀ ਐ ਇਹ ਸੰਵਿਧਾਨਕ ਸੋਧ ਪਾਸ ਕੀਤੀ ਗਈ ਸੀ ਅਗਲਾ ਪ੍ਰਸ਼ਨ ਹੈਗਾ ਮੇਅਰ ਕੌਣ ਹੁੰਦਾ ਹੈ ਸੋ ਮੇਅਰ ਨਗਰ ਨਿਗਮ ਦੇ ਪ੍ਰਧਾਨ ਨੂੰ ਮੇਅਰ ਕਿਹਾ ਜਾਂਦਾ ਹੈ ਮੇਅਰ ਦੀ ਚੋਣ ਹਰ ਨਗਰ ਨਿਗਮ ਦੇ ਮੈਂਬਰ ਆਪਣੇ ਵਿੱਚੋਂ ਪੰਜ ਸਾਲੇ ਕਰਦੇ ਨੇ ਮੇਅਰ ਹੀ ਨਗਰ ਨਿਗਮ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ਤੇ ਰਾ ਸਰਕਾਰ ਤੇ ਨਿਗਮ ਵਿੱਚ ਤਾਲਮੇਰ ਸੰਪਰਕ ਕਰਨ ਦੀ ਮੇਰ ਹੀ ਬਣਾ ਕੇ ਰੱਖਦਾ 34ਵਾਂ ਨਗਰਪਾਲਿਕਾ ਦੀ ਚੋਣ ਕੌਣ ਲੜਦਾ ਉਹ ਭਾਰ ਦਾ ਨਾਗਰਿਕ ਹੋਵੇ ਤੇ 21 ਸਾਲ ਉਸਦੀ ਉਮਰ ਹੋਵੇ ਤੇ ਉਹ ਚੋਣ ਲੜ ਸਕਦਾ ਨੈਕਸਟ ਅਗਲਾ ਪ੍ਰਸ਼ਨ ਜੀ ಗ್ರಾಮ ਪੰਚਾਇਤ ਬਾਰੇ ਤੁਸੀਂ ਕੀ ਜਾਣਦੇ ਹੋ ಗ್ರಾಮ ਪੰਚਾਇਤ ਤਿੰਨ ਪੱਧਰੀ ਪੰਚਾਇਤੀ ਰਾਜ ਦੀ ਸਭ ਤੋਂ ਹੇਠਲੀ ਇਕਾਈ ਹੈ ਪੰਜਾਬ ਵਿੱਚ 200 ਦੀ ਆਬਾਦੀ ਵਾਲੇ ਹਰ ਪਿੰਡ ਨੂੰ ਵਿੱਚ ಗ್ರಾಮ ਪੰਚਾਇਤ ਦੀ ਸਥਾਪਨਾ ਕੀਤੀ ਗਈ ਹੈ। ਇਸ ਤੋਂ ਬਾਅਦ ਜੇਕਰ ਕਿਸੇ ਪਿੰਡ ਦੀ ਆਬਾਦੀ 200 ਤੋਂ ਘੱਟ ਹੈ ਤਾਂ ਦੋ ਪਿੰਡਾਂ ਦੀ ਸਾਂਝੀ ਪੰਚਾਇਤ ਬਣਾਤੀ ਜਾਂਦੀ। ਇਸ ਦੇ ਘੱਟ ਤੋਂ ਘੱਟ ਮੈਂਬਰ 5 ਤੇ ਵੱਧ ਤੋਂ ਵੱਧ ਮੈਂਬਰ 13 ਹੋ ਸਕਦੇ ਹਨ। ਪੰਚਾਇਤ ਦੀ ਮਿਆਦ 5 ਸਾਲ ਹੁੰਦੀ ਹੈ ਤੇ ਨਿਸ਼ਚਿਤ ਅਨੁਸੂਚਿਤ ਜਾਤੀ ਅਤੇ ਪਛੜੀ ਕਬੀਲਿਆਂ ਨੂੰ ਸੀਟਾਂ ਰਾਖਵੇਂ ਰੱਖੀਆਂ ਗਈਆਂ ਹਨ ਉਹਨਾਂ ਲਈ। 73ਵੀਂ ਸੰਵਿਧਾਨਕ ਸੋਧ ਦੁਆਰਾ ਇਸਤਰੀਆਂ ਲਈ ਇੱਕ 3/4 ਸੀਟਾਂ ਰਾਖਵੇਂ ਰੱਖੀਆਂ ਗਈਆਂ ਹਨ ਬੱਚਿਓ ਯਾਦ ਰੱਖਿਓ ਪੰਜਾਬ ਵਿੱਚ ਸੀਟਾਂ ਜਿਹੜੀਆਂ ਨੇ 1/2 ਹੈ 50% ਸੀਟਾਂ ਜਿਹੜੀਆਂ ਪੰਜਾਬ ਵਿੱਚ ਰਾਖੂ ਜਿਹੜੀਆਂ ਨੇ ਰਿਜ਼ਰਵ ਰੱਖੀਆਂ ਗਈਆਂ ਨੇ ਔਰਤਾਂ ਵਾਸਤੇ 36ਵਾਂ ਪ੍ਰਸ਼ਨ ਹੈਗਾ ਨਗਰ ਨਗਰਪਾਲਿਕਾ ਦਾ ਮੁੱਖ ਕੰਮ ਕੀ ਹੈ ਸਫਾਈ ਪ੍ਰਬੰਧ ਕਰਨਾ ਸਰਵਜਨਕ ਸਿਹਤ ਸੰਬੰਧੀ ਕੰਮ ਹੈਗਾ ਸੰਤਿਆਪ੍ਰਸ਼ਨ ਨਗਰ ਨਿਗਮ ਕਿਸ ਨੂੰ ਕਿਹਾ ਜਾਂਦਾ ਨਗਰ ਨਿਗਮ ਦੀ ਸਥਾਪਨਾ ਵੱਡੇ ਸ਼ਹਿਰਾਂ ਵਿੱਚ ਕੀਤੀ ਜਾਂਦੀ ਹੈ ਨਗਰ ਨਿਗਮ ਦੇ ਮੈਂਬਰਾਂ ਦੀ ਚੋਣ ਬਾਲਗ ਮਤਵਧਿਕਾਰ ਦੇ ਆਧਾਰ ਤੇ ਸਬੰਧਤ ਖੇਤਰ ਦੀ ਜਨਤਾ ਪ੍ਰਤੱਖ ਰੂਪ ਵਿੱਚ ਕਰਦੀ ਹੈ ਨਗਰ ਨਿਗਮ ਦੇ ਸਭਾਪਤੀ ਨੂੰ ਮੇਅਰ ਕਿਹਾ ਜਾਂਦਾ ਤੇ ਅਨੁਸੂਚਿਤ ਜਾਤੀ ਤੇ ਪਛੜੀ ਛਣੀ ਦੇ ਲੋਕਾਂ ਲਈ ਉਹਨਾਂ ਦੀ ਆਬਾਦੀ ਦੇ ਅਨੁਪਾਤ ਵਿੱਚ ਤੇ ਇਸਤਰੀਆਂ ਨੂੰ 1/3 ਬਹੁਮਤ ਸਥਾਨ ਰੱਖਵੇਂ ਰੱਖੇ ਗਏ ਹਨ ਸੋ ਪਿਆਰੇ ਵਿਦਿਆਰਥੀਓ ਇਹ ਪ੍ਰਸ਼ਨ ਸੀਗੇ ਜਿਹੜੇ ਅੱਜ ਤੁਹਾਡੇ ਨਾਲ ਡਿਸਕਸ ਕੀਤੇ ਨੇ ਪੰਚਾਇਤੀ ਰਾਜ ਪ੍ਰਣਾਲੀ ਨਾਲ ਸੰਬੰਧਤ ਸੀਗੇ ਬੀ ਪਾਰਟ ਦਾ ਚੈਪਟਰ ਪੰਚਾਇਤੀ ਰਾਜ ਪ੍ਰਣਾਲੀ ਤੇ ਸ਼ਹਿਰੀ ਸਥਾਨਕ ਸੰਸਥਾਵਾਂ ਬਾਰੇ ਇਹ ਪ੍ਰਸ਼ਨ ਸੀਗੇ ਸੋ ਮੈਨੂੰ ਆਸ ਹੈ ਕਿ ਤੁਹਾਨੂੰ ਕਾਫੀ ਅੰਡਰਸਟੈਂਡਿੰਗ ਹੋ ਗਈ ਹੋਏਗੀ ਇਸ ਵੀਡੀਓ ਨੂੰ ਦੋ ਤਿੰਨ ਵਾਰ ਦੇਖਣ ਨਾਲ ਤੁਹਾਨੂੰ ਹੋਰ ਕਲੈਰਿਟੀ ਮਿਲੇਗੀ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਦਾ ਹਾਂ ਵੀਡੀਓ ਵੇਖਣ ਲਈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਵੀਂ ਹੋ ਮੇਰੀ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਾਉਣਾ ਥੈਂਕ ਯੂ